ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਸਮਾਗਮ ਦੇ ਪਹਿਲੇ ਦਿਨ ਲੋਕ ਸਭਾ ਵਿੱਚ ਸਾਲ 2023-24 ਦਾ ਆਰਥਿਕ ਸਰਵੇਖਣ ਪੇਸ਼ ਕੀਤਾ। ਸਰਵੇਖਣ ਵਿੱਚ ਵਿੱਤੀ ਸਾਲ 2024-25 ਵਿੱਚ 6.5 ਤੋਂ ਲੈ ਕੇ 7% ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਗਿਆ ਹੈ। ਘਰੇਲੂ ਵਿਕਾਸ ਦੇ ਮਾਨਕਾਂ ਨੇ ਅਨਿਸ਼ਚਿਤ ਵਿਸ਼ਵ ਆਰਥਿਕ ਪ੍ਰਦਰਸ਼ਨ ਦੇ ਬਾਵਜੂਦ ਵਿੱਤੀ ਸਾਲ 2023-24 ਵਿੱਚ ਆਰਥਿਕ ਵਿਕਾਸ ਨੂੰ ਸਮਰਥਨ ਦਿੱਤਾ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਅਤੇ ਸੇਵਾਵਾਂ ਦੀ ਦਰਾਮਦ ਵਧਣ ਦੀ ਸੰਭਾਵਨਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਮੌਸਮ ਵਿਭਾਗ ਵੱਲੋਂ ਇੱਕ ਆਮ ਵਰਖਾ ਦੀ ਭਵਿੱਖਬਾਣੀ ਅਤੇ ਦੱਖਣ ਪੱਛਮੀ ਤਸੱਲੀ ਬਖਸ਼ ਫੈਲਣ ਨਾਲ ਖੇਤੀਬਾੜੀ ਖੇਤਰ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਪੇਂਡੂ ਮੰਗ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਦੀ ਸੰਭਾਵਨਾ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਸਤੂ ਅਤੇ ਸੇਵਾ ਟੈਕਸ GST ਅਤੇ IBC ਵਰਗੇ ਢਾਂਚਾਗਤ ਸੁਧਾਰ ਪਰਿਪੱਕ ਹੋ ਗਏ ਨੇ ਅਤੇ ਇਹ ਵਧੀਆ ਨਤੀਜੇ ਪ੍ਰਦਾਨ ਕਰ ਰਹੇ ਨੇ। ਸਰ, ਵਿਦ ਯੂਰ ਪਰਮਿਸ਼ਨ ਆਈ ਰਾਈਸ ਟੂ ਲੇ ਔਨ ਦ ਟੇਬਲ ਅ ਕਾਪੀ ਈਚ ਆਫ ਦ ਫੋਲੋਇੰਗ ਪੇਪਰਸ ਬੋਥ ਇਨ ਹਿੰਦੀ ਐਂਡ ਇੰਗਲਿਸ਼ ਵਰਸ਼ਨਸ। ਇਕਨੋਮਿਕ ਸਰਵੇ 23-24, ਇਕਨੋਮਿਕ ਸਰਵੇ 23-24, ਸਟੈਟਿਸਟੀਕਲ ਅਪੈਂਡਿਕਸ। ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਅਸਲ GDP ਵਿੱਤੀ ਸਾਲ 2024 ਵਿੱਚ 8.2% ਰਹੀ। ਲਗਾਤਾਰ ਤੀਜੇ ਸਾਲ 7% ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਮਹਿੰਗਾਈ ਦੇ ਮੋਰਚੇ 'ਤੇ ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2025 ਵਿੱਚ ਹੈੱਡਲਾਈਨ ਮਹਿੰਗਾਈ ਦਰ 4.5% ਦੀ ਰਹਿਣ ਦੀ ਉਮੀਦ ਜਤਾਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ 2024 ਵਿੱਚ 4.6% ਦੀ ਮਹਿੰਗਾਈ ਦਰ ਦਾ ਅਨੁਮਾਨ ਲਗਾਇਆ ਹੈ।